ਸੋ ਇੱਕ ਹੋਰ ਇਹਦਾ ਬੈਸਟ ਫੀਚਰ ਹੈ ਕਿ ਜੇ ਆਪਾਂ ਇਹਨੂੰ ਬੰਦ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਟਾਈਮਰ ਲੱਗ ਜਾਂਦਾ। ਸੋ ਵਟਸ ਅਪ ਗਾਇਸ, ਕਿਵੇਂ ਸਾਰੇ? ਹੋਕਾ ਤਾਂ ਸਾਰੇ ਵਧੀਆ ਹੋ ਗਏ। ਸੋ ਅੱਜ ਮੈਂ ਲੈ ਕੇ ਆਇਆ ਰਿਵਿਊ ਚਿਮਨੀ ਦਾ। ਸੋ ਅੱਜ ਤੁਸੀਂ ਪਿੱਛੇ ਦੇਖ ਸਕਦੇ ਹੋ, ਹਿੰਡਵੇਅਰ ਦੀ ਚਿਮਨੀ ਹੈ, ਫਲੋਰੈਂਸ ਮਾਡਲ ਹੈ, ਟੌਪ ਮਾਡਲ ਹੈ, ਮਤਲਬ ਲੇਟੈਸਟ ਮਾਡਲ ਹੀ ਚੱਲਦਾ ਪਿਆ ਹਲੇ ਹਿੰਡਵੇਅਰ ਵੱਲੋਂ। ਸੋ ਤੁਸੀਂ ਇਹ ਹੋਰ ਕਿਤੇ ਦੇਖ ਵੀ ਨਹੀਂ ਸਕਦੇ ਚਿਮਨੀ, ਕਿਉਂਕਿ ਹਲੇ ਲੇਟੈਸਟ ਹੀ ਆਈ ਹੈ। ਸੋ ਆਪਾਂ ਇੰਸਟਾਲ ਵੀ ਕਰਾ ਲਈ ਹੈ, ਤੁਹਾਨੂੰ ਇੰਸਟਾਲੇਸ਼ਨ ਵੇਖਣ ਨੂੰ ਵੀ ਮਿਲੇਗੀ ਉਹ, ਪਰ ਮੈਂ ਇੰਸਟਾਲੇਸ਼ਨ ਜਿਹੜੀ ਹੈ ਉਹ ਐਂਡ 'ਤੇ ਦਿਖਾਵਾਂਗਾ ਤੁਹਾਨੂੰ। ਪਹਿਲਾਂ ਮੈਂ ਇਹਦੇ ਬਾਰੇ ਦੱਸਦਾ ਕਿ ਇਹੋ ਜਿਹੀ ਚਿਮਨੀ ਹੈ, ਕੀ ਇਹਦੇ ਵਿੱਚ। ਉਹ ਹਲੇ ਤੱਕ ਕਿਸੇ ਨੇ ਵੀਡੀਓ ਯੂਟਿਊਬ 'ਤੇ ਨਹੀਂ ਪਾਈ ਇਹ ਵਾਲੀ ਚਿਮਨੀ ਬਾਰੇ, ਜੋ ਕਿ ਹਿੰਡਵੇਅਰ ਦੀ ਹੈ। ਸੋ ਮੈਂ ਹੀ ਫਸਟ ਹੀ ਹਾਂ ਸ਼ਾਇਦ, ਮਤਲਬ ਹੋਰ ਵੀ ਜਦੋਂ ਤੱਕ ਮੈਂ ਅਪਲੋਡ ਕਰਾਂਗਾ ਹੋਰ ਵੀ ਨਾ ਕੋਈ ਆ ਜਾਏ, ਪਰ ਮੈਂ ਫਸਟ ਹੀ ਹਾਂ। ਸੋ ਕਰਦੇ ਹਾਂ ਸਟਾਰਟ, ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ ਇਹਦੇ ਫੀਚਰਸ ਵਗੈਰਾ ਅਤੇ ਰਿਵਿਊ ਕੀ ਹੈ। ਪੈਰੀ ਹਿੰਡਵੇਅਰ ਦੀ ਲੇਟੈਸਟ ਚਿਮਨੀ ਜੋ ਕਿ 90 cm ਚਿਮਨੀ ਹੈ। ਅਦਰ ਆਪਸ਼ਨ ਵੀ ਹੈਗੇ ਨੇ ਆਪਣੇ ਕੋਲ, 60 cm ਚਿਮਨੀ ਵੀ ਆਉਂਦੀ ਹੈ ਜੋ ਕਿ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਜੇ ਤੁਸੀਂ 90 cm ਚਿਮਨੀ ਲੈਣੀ ਹੈ ਤੁਸੀਂ 90 cm ਲੈ ਸਕਦੇ ਹੋ, 60 cm ਲੈਣੀ ਤਾਂ ਉਹ ਵੀ ਲੈ ਸਕਦੇ ਹੋ। ਸੋ ਇਹਦੇ ਗੱਲ ਕਰਦੇ ਹੁਣ ਇਹਦੇ ਫੀਚਰਸ ਬਾਰੇ। ਸੋ ਹਿੰਡਵੇਅਰ ਚਿਮਨੀ ਦੇ ਵਿੱਚ BLDC ਮੋਟਰ ਆਉਂਦੀ ਹੈ ਜੋ ਕਿ ਬ੍ਰਸ਼ਲੈਸ DC ਮੋਟਰ ਹੈ। ਸੋ ਇਹ એનર્ਜੀ ਸੇਵ ਕਰਦੀ ਹੈ ਅਤੇ ਮੈਕਸੀਮਾਈਜ਼ ਕਰਦੀ ਹੈ ਸਕਸ਼ਨ ਪਾਵਰ, ਜੋ ਕਿ ਕਿਚਨ ਦੇ ਵਿੱਚ ਧੂੰਆਂ ਬਿਲਕੁਲ ਵੀ ਨਹੀਂ ਰਹਿਣ ਦਿੰਦੀ। ਸੋ ਗੱਲ ਕਰੀਏ ਇਹਦੇ ਫੀਚਰ ਦੀ, ਸਭ ਤੋਂ ਪਹਿਲਾਂ ਤਾਂ ਹੈਂਡ ਸੈਂਸਰ ਆਉਂਦਾ ਜੋ ਕਿ ਇਹਨੂੰ ਸਟਾਰਟ ਕਰਦਾ। ਸੋ ਇੱਦਾਂ ਆਪਾਂ ਹੱਥ ਸਲਾਈਡ ਕਰਕੇ ਅਤੇ ਇਹਨੂੰ ਸਟਾਰਟ ਕਰ ਸਕਦੇ ਹਾਂ। ਜਿਹੜਾ ਤੁਸੀਂ F8 ਦੇਖ ਸਕਦੇ ਹੋ, ਇਹ ਇਹਦੀ ਫੈਨ ਸਪੀਡ ਹੈ ਜੋ ਕਿ ਫੁੱਲ ਸਪੀਡ ਹੈ। ਤੁਸੀਂ ਇਹਦੀ ਨੋਇਸ ਵੀ ਦੇਖ ਸਕਦੇ ਹੋ, ਮਤਲਬ ਹੋਰ ਵੀ ਜਿਹੜੀ ਚਿਮਨੀ ਆਉਂਦੀ ਉਹਦੇ ਨਾਲ ਬਹੁਤ ਘੱਟ ਇਹਦੀ ਮਤਲਬ ਆਵਾਜ਼ ਹੈਗੀ ਹੈ। ਅਤੇ ਬਾਕੀ ਆ ਫੀਚਰ ਤੁਸੀਂ ਦੇਖੋ। ਸੋ ਇਹਦੇ ਫੈਨ ਸਪੀਡ ਘਟਾਉਣ ਵਾਸਤੇ ਆਪਾਂ ਰਾਈਟ ਨੂੰ ਹੱਥ ਸਲਾਈਡ ਕਰਾਂਗੇ, ਇੱਦਾਂ ਹੀ ਫੈਨ ਸਪੀਡ ਇਹਦੀ ਘਟੀ ਜਾਏਗੀ। ਸੋ ਜਿਹੜੀ ਮਤਲਬ ਸਭ ਤੋਂ ਘੱਟ ਸਪੀਡ ਉੱਤੇ ਚੱਲ ਰਹੀ ਹੈ। ਸੋ ਤੁਸੀਂ ਲਗਾ ਲਓ ਕਿ ਆਵਾਜ਼ ਹੈ ਹੀ ਨਹੀਂ ਬਿਲਕੁਲ, ਇਹਦੀ 0 ਸਪੀਡ ਹੈ। ਇੱਦਾਂ ਲੱਗ ਰਿਹਾ ਕਿ ਨੋਰਮਲ ਕੋਈ ਫੈਨ ਚੱਲਦਾ ਵੈ। ਸੋ ਨੋਰਮਲ ਫੈਨ ਦੀ ਵੀ ਇੱਦਾਂ ਸਾਊਂਡ ਆਉਂਦੀ ਆਉਂਦੀ ਹੈ। ਸੋ ਬਾਕੀ ਇਹਦੇ ਵਿੱਚ ਆਟੋ ਕਲੀਨ ਦਾ ਵੀ ਫੀਚਰ ਹੈ ਜੋ ਕਿ ਤੁਸੀਂ ਆਹ ਦੇਖ ਸਕਦੇ ਹੋ। ਸੋ ਆਟੋ ਕਲੀਨ ਮੈਂ ਨਹੀਂ ਕਰਾਂਗਾ ਕਿਉਂਕਿ ਪਹਿਲਾਂ ਹੀ ਆਪਾਂ ਕਰ ਲਈ ਹੋਈ ਆ। ਸੋ ਸਵੇਰੇ ਮਤਲਬ ਕੀਤੀ ਆ ਅਤੇ ਹੁਣ ਕੋਈ ਲੋੜ ਨਹੀਂ ਹੋਈ ਆਟੋ ਕਲੀਨ ਕਰਨ ਦੀ। ਬਸ ਨੋਰਮਲ ਆਪਾਂ ਇੱਥੇ ਕਲਿੱਕ ਕਰਨਾ, ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਆਟੋ ਕਲੀਨ ਦਾ, ਬਸ ਇੱਥੇ ਕਲਿੱਕ ਕਰਨਾ। ਸੋ ਆਟੋ ਕਲੀਨ ਇਹਦਾ ਆਪੇ ਹੋ ਜਾਏਗਾ, ਮਤਲਬ ਪੂਰੀ ਅੰਦਰੋਂ ਚਿਮਨੀ ਜਿਹੜੀ ਉਹ ਸਾਫ਼ ਹੋ ਜਾਏਗੀ। ਸੋ ਦੂਸਰਾ ਫੀਚਰ ਹੈ ਕਿ ਜਿਵੇਂ ਤੁਸੀਂ ਇਹਦੇ ਥੱਲੇ ਲਾਈਟ ਦੇਖ ਸਕਦੇ ਹੋ, ਲਾਈਟ ਚੱਲਦੀ ਪਈ ਹੈ। ਸੋ ਇਹ ਲਾਈਟ ਆਪਾਂ ਬੰਦ ਕਰਨਾ ਚਾਹੁੰਦੇ ਹਾਂ ਤਾਂ ਸਾਹਮਣੇ ਇਹਦੇ ਵਿੱਚ ਫੀਚਰ ਹੈ, ਬਸ ਉਹਨੂੰ ਦਬਾਉਣਾ ਅਤੇ ਲਾਈਟ ਵਗੈਰਾ ਸਾਰੀ ਬੰਦ ਹੋ ਜਾਣੀ। ਅਤੇ ਜਿਹੜੀ ਇਹ ਵਾਲੀ ਚਿਮਨੀ ਆ ਇਹਦਾ ਹੈਂਡ ਸੈਂਸਰ ਬਹੁਤ ਵਧੀਆ ਤਰੀਕੇ ਨਾਲ ਵਰਕ ਕਰਦਾ, ਤੁਹਾਨੂੰ ਮੈਂ ਕਰੀ ਕਰਕੇ ਦਿਖਾ ਦਿੰਦਾ। ਹੁਣ ਮੈਂ ਇਹਦੀ ਸਪੀਡ ਘਟਾਉਣੀ ਹੈ, ਸੋ ਮੈਂ ਬਸ ਨੋਰਮਲੀ ਇੱਕ ਵਾਰੀ ਹੱਥ ਸਲਾਈਡ ਕੀਤਾ ਅਤੇ ਇਹਦੀ ਸਪੀਡ ਘੱਟ ਗਈ। ਬੈਸਟ ਫੀਚਰ ਮੈਨੂੰ ਆਹੀ ਲੱਗਿਆ, ਬਾਕੀ ਚਿਮਨੀਆਂ ਦਾ ਹੈਂਡ ਸੈਂਸਰ ਇੰਨਾ ਵਧੀਆ ਵਰਕ ਹੀ ਨਹੀਂ ਕਰਦਾ ਕਿ ਆਪਾਂ ਮਤਲਬ ਹੱਥ ਸਲਾਈਡ ਕਰੀਏ ਅਤੇ ਜਿਹੜੀ ਸਪੀਡ ਹੈ ਘੱਟ ਜੇ ਜਾਂ ਵੱਧ ਜੇ। ਸੋ ਬਾਕੀ ਜਿਹੜੇ ਹੈਂਡ ਸਲਾਈਡ ਨਹੀਂ ਕਰਨਾ ਚਾਹੁੰਦੇ, ਨੋਰਮਲੀ ਇਹਦੀ ਸਪੀਡ ਇਨਕਰੀਜ਼ ਕਰਨਾ ਚਾਹੁੰਦੇ ਆ, ਡਿਕਰੀਜ਼ ਕਰਨਾ ਚਾਹੁੰਦੇ ਨੇ, ਨੋਰਮਲੀ ਇੱਥੇ ਬਟਨ ਲੱਗਾ, ਸੋ ਇਹਦੀ ਸਪੀਡ ਵੱਧ ਗਈ, ਹੁਣ ਨੋਰਮਲੀ ਘਟਾਉਣਾ ਤਾਂ ਘਟਾ ਵੀ ਸਕਦੇ ਹਾਂ। ਸੋ ਇੱਕ ਹੋਰ ਇਹਦਾ ਬੈਸਟ ਫੀਚਰ ਹੈ ਕਿ ਜੇ ਆਪਾਂ ਇਹਨੂੰ ਬੰਦ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਟਾਈਮਰ ਲੱਗ ਜਾਂਦਾ। ਨੋਰਮਲੀ ਆਪਾਂ ਲੈਫਟ ਸਲਾਈਡ ਕੀਤਾ, ਸੋ ਇਹ 3 ਮਿੰਟ ਦੀ ਟਾਈਮਿੰਗ ਲੱਗ ਗਈ ਕਿ ਜਿੱਦਾਂ ਹੁਣ ਤੁਸੀਂ ਰੋਟੀ ਬਣਾ ਲਈ ਹੈ ਅਤੇ ਹੁਣ ਤੁਸੀਂ ਮਤਲਬ ਜਸਟ ਰੋਟੀ ਖਾਣ ਜਾ ਰਹੇ ਹੋ ਅਤੇ ਧੂੰਆਂ ਥੋੜ੍ਹਾ ਬਹੁਤਾ ਹੈਗਾ। ਸੋ ਤੁਸੀਂ ਚਿਮਨੀ ਬਿਲਕੁਲ ਬੰਦ ਨਹੀਂ ਕਰਨਾ ਚਾਹੁੰਦੇ, ਥੋੜ੍ਹੀ ਦੇਰ ਚਲੇ ਰਹਿਣ ਦੇਣਾ ਚਾਹੁੰਦੇ ਹੋ। ਸੋ 3 ਮਿੰਟ ਦਾ ਟਾਈਮਰ ਹੈ, 3 ਮਿੰਟ ਬਾਅਦ ਆਪੇ ਬੰਦ ਹੋ ਜਾਏਗੀ। ਸੋ 3 ਮਿੰਟ ਬਾਅਦ ਤੁਹਾਨੂੰ ਦਿਖਾ ਦਿੰਦਾ। ਸੋ 13 ਸੈਕਿੰਡ 'ਤੇ ਇਹਦਾ ਟਾਈਮਰ ਆ ਗਿਆ। ਸੋ ਇਹ ਹੁਣੇ ਮਤਲਬ 8 ਸੈਕਿੰਡ ਜਿਹੜੇ ਰਹਿ ਗਏ ਨੇ, 8 ਸੈਕਿੰਡ ਬਾਅਦ ਆਪੇ ਬੰਦ ਹੋ ਜਾਏਗੀ, ਹੁਣ ਤੁਸੀਂ ਆਪੇ ਦੇਖ ਲਓ। ਕੋਈ ਨਹੀਂ ਇੱਥੇ ਹੈਗਾ, ਆਪੇ ਟਰਨ ਆਫ ਹੋਏਗੀ। ਸੋ ਤੁਹਾਡੇ ਸਾਹਮਣੇ ਹੀ ਆ, ਟਰਨ ਆਫ ਹੋ ਗਈ ਆ। ਮਤਲਬ 3 ਮਿੰਟ ਦਾ ਜਿਹੜਾ ਟਾਈਮਰ ਹੈ ਉਹ ਬਹੁਤ ਵਧੀਆ, ਟਰਨ ਆਫ ਜਿਹੜੀ ਹੋ ਗਈ ਆ, ਬੈਸਟ ਫੀਚਰ ਹੈ ਵੀ ਹੈਗਾ ਇੱਕ।
ਸੋ ਫੀਚਰ ਤਾਂ ਤੁਹਾਨੂੰ ਮੈਂ ਦੱਸ ਦਿੱਤੇ ਨੇ ਅਤੇ ਹੁਣ ਇਹਦੀ ਇੰਸਟੋਲੇਸ਼ਨ ਤੁਹਾਨੂੰ ਦਿਖਾਉਂਦੇ ਹਾਂ ਅਤੇ ਇੰਸਟੋਲੇਸ਼ਨ ਜਦੋਂ ਹੋਈ ਸੀ ਉਦੋਂ ਮੈਂ ਪੋਰਟਰੇਟ ਮੋਡ 'ਚ ਵੀਡੀਓ ਸ਼ੂਟ ਕੀਤੀ ਹੈ, ਸੋ ਥੋੜ੍ਹਾ ਜਿਹਾ ਐਡਜਸਟ ਕਰ ਲਿਓ। ਇੰਸਟੋਲੇਸ਼ਨ ਵੇਲੇ ਧਿਆਨ ਰੱਖਣਾ ਕਿ ਚਿਮਨੀ ਨੂੰ ਕੋਈ ਡੈਮੇਜ ਨਾ ਹੋਏ, ਜੇ ਡੈਮੇਜ ਹੋ ਜਾਂਦਾ ਤੁਸੀਂ ਕੰਪਨੀ ਨੇ ਕੰਟੈਕਟ ਕਰ ਸਕਦੇ ਹੋ ਕਿ ਜਿਹੜੇ ਇੰਸਟਾਲ ਕਰਨ ਆਏ ਸੀ ਚਿਮਨੀ ਉਹਨਾਂ ਨੇ ਡੈਮੇਜ ਕਰਤਾ ਚਿਮਨੀ ਨੂੰ, ਸੋ ਉਹ ਚੇਂਜ ਕਰ ਦੇਣਗੇ ਤੁਹਾਨੂੰ ਚਿਮਨੀ ਜਾਂ ਕੁਛ ਨਾ ਕੁਛ ਕਰਨਗੇ ਹੀ। ਸੋ ਧਿਆਨ ਰੱਖਿਓ ਡੈਮੇਜ ਨਾ ਆਏ ਚਿਮਨੀ ਨੂੰ, ਨਹੀਂ ਤਾਂ ਲੰਬਾ ਥੋੜ੍ਹਾ ਜਿਹਾ ਪ੍ਰੋਸੈਸ ਹੋ ਜਾਂਦਾ। ਬਾਕੀ ਤੁਸੀਂ ਚਿਮਨੀ ਦੀ ਇੰਸਟਾਲੇਸ਼ਨ ਦੇਖ ਲਓ ਅਤੇ ਜੇ ਕਿਤੇ ਲੋਡ ਹੋਏਗੀ ਵੋਇਸ ਓਵਰ ਕਰਨ ਦੀ, ਸੋ ਮੈਂ ਉੱਥੇ ਵੋਇਸ ਓਵਰ ਕਰ ਦਾਂਗਾ, ਬਾਕੀ ਤੁਸੀਂ ਵੀਡੀਓ ਦੇਖ ਲਓ। ਸੋ ਆ ਰਿਹਾ ਚਿਮਨੀ ਦਾ ਬੋਕਸ ਜਿਹਦੇ ਉੱਤੇ ਸਟਿੱਕਰ ਲੱਗਾ ਆ, ਉਹਦੇ ਉੱਤੇ ਫੀਚਰ ਵਗੈਰਾ ਦੱਸੇ ਹੋਏ ਨੇ ਥੋੜ੍ਹੇ ਬਹੁਤ ਚਿਮਨੀ ਦੇ। ਬਾਕੀ ਤੁਹਾਨੂੰ ਮੈਂ ਚਿਮਨੀ ਦੇ ਫੀਚਰ ਦੱਸ ਦਿੱਤੇ ਨੇ, ਮਤਲਬ ਪੂਰੇ ਚਿਮਨੀ ਦੇ ਜਿਹੜੇ ਫੀਚਰ ਹੈਗੇ ਨੇ ਉਹ ਮੈਂ ਸਾਰੇ ਦੱਸਤੇ ਨੇ, ਅਤੇ ਹੁਣ ਜਿਹੜੀ ਤੁਸੀਂ ਇਹ ਲੋਕੇਸ਼ਨ ਦੇਖ ਰਹੇ ਹੋ ਸਾਹਮਣੇ, ਇੱਥੇ ਆਪਣੀ ਚਿਮਨੀ ਫਿੱਟ ਹੋ ਜਾਣੀ ਹੈ।
ਬਾਅਦ ਆਇਆ ਮੈਂ ਤੁਹਾਨੂੰ ਚਿਮਨੀ ਦੀ ਵਾਰੰਟੀ ਬਾਰੇ ਦੱਸਿਆ ਹੀ ਨਹੀਂ। ਸੋ ਚਿਮਨੀ ਦੀ ਜਿਹੜੀ ਵਾਰੰਟੀ ਆ ਉਹ 2 ਸਾਲ ਦੀ ਆ, ਜੋ ਵੀ ਕੋਈ ਪ੍ਰੋਬਲਮ ਆਉਂਦੀ 2 ਸਾਲ ਦੇ ਅੰਡਰ ਤੁਸੀਂ ਠੀਕ ਕਰਵਾ ਸਕਦੇ ਹੋ ਕੰਪਨੀ ਨਾਲ ਕੰਟੈਕਟ ਕਰਕੇ। ਮੈਨੂੰ ਪਤਾ ਤੁਸੀਂ ਡਿਫਰੈਂਟ ਡਿਫਰੈਂਟ ਵੀਡੀਓ ਦੇਖਦੇ ਹੋਗੇ ਤਾਂ ਕਿ ਬੈਸਟ ਚਿਮਨੀ ਮਿਲ ਜਾਏ ਘਰ ਵਾਸਤੇ। ਸੋ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਮਤਲਬ ਬਹੁਤ ਜਿਹੜੀਆਂ ਚਿਮਨੀਆਂ ਦੇਖੀਆਂ, ਮਤਲਬ ਬੜੇ ਡਿਜ਼ਾਈਨ ਨੇ, ਬੜੇ ਮਾਡਲ ਨੇ, ਸਾਰੇ ਮਾਡਲ ਆਪਾਂ ਦੇਖ ਰਹੇ ਨੇ, ਜੋ ਕਿ ਸਾਨੂੰ ਇਹਦੇ ਵਿੱਚੋਂ ਹੈਂਡਵੇਅਰ ਦੀ ਬੈਸਟ ਲੱਗੀ। ਮਤਲਬ ਨਵਾਂ ਹੀ ਮਾਡਲ ਆਇਆ ਸੀ ਅਤੇ ਆਪਾਂ ਚਲਾ ਕੇ ਦੇਖੀ ਜਦੋਂ, ਸੋ ਨੋਇਸ ਵੀ ਇਹਦੀ ਘੱਟ ਸੀ ਕਿਉਂਕਿ ਬਾਕੀ ਕੰਪਨੀ ਦੀ ਜਿਹੜੀ ਚਿਮਨੀ ਉਹਨਾਂ ਦੀ ਨੋਇਸ ਬਹੁਤ ਜ਼ਿਆਦਾ। ਸੋ ਮੈਂ ਕੁਝ ਜ਼ਿਆਦਾ ਨਹੀਂ ਬੋਲਾਂਗਾ ਯਾਰ, ਜੇ ਤੁਸੀਂ ਹੈਂਡਵੇਅਰ ਦੀ ਲੈਣਾ ਚਾਹੁੰਦੇ ਹੋ ਮੇਰੇ ਵੱਲੋਂ ਯੈਸ ਆ ਕਿ ਤੁਸੀਂ ਹੈਂਡਵੇਅਰ ਦੀ ਚਿਮਨੀ ਲੈ ਲਓ, ਬੈਸਟ ਚਿਮਨੀ ਆਹੀ ਆ, ਨੋਇਸ ਵੀ ਇਹਦੀ ਹੋਰਾਂ ਨਾਲੋਂ ਘੱਟ ਹੈਗੀ ਆ, ਸੋ ਤੁਸੀਂ ਹੈਂਡਵੇਅਰ ਦੀ ਚਿਮਨੀ ਲੈ ਸਕਦੇ ਹੋ। ਅਤੇ ਬਸ ਅੱਜ ਦੀ ਵੀਡੀਓ ਆਪਾਂ ਇੱਥੇ ਤੱਕ ਹੀ ਰੱਖਦੇ ਹਾਂ, ਹੋਪ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ। ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਨਾਲ ਚੈਨਲ ਸਬਸਕ੍ਰਾਈਬ ਵੀ ਕਰ ਦਿਓ, ਅਤੇ ਜਿੰਨੇ ਤੱਕ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕੀਤਾ, ਇੰਸਟਾਗ੍ਰਾਮ ਤੇ ਫੋਲੋ ਕਰ ਰਹੇ ਹੋ, ਸਕਰੀਨ 'ਤੇ ਆਈਡੀ ਆ ਰਹੀ ਹੈ, ਫੋਲੋ ਕਰ ਲਿਓ। ਬਾਕੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ, ਟਿਲ ਦੈਨ ਬਾਏ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ।